ਮਾਂ ਆਪਣੇ ਪੁੱਤ ਨੂੰ ਕਿਵੇਂ ਬੰਨ ਕੇ ਲੈ ਕੇ ਆਈ ਹੈ। ਮੰਜੇ ਦੇ ਨਾਲ ਪੁੱਤ ਬੰਨਿਆ ਹੋਇਆ ਵਾ, ਲੱਤਾਂ ਬਾਹਾਂ ਰੱਸੀਆਂ ਪਾ ਪਾ ਕੇ ਦੁਪੱਟੇ ਬੰਨ ਬੰਨ ਕੇ ਅਮਰਗੜ੍ਹ ਕਲੀਰਾਂ ਨਾਨਕਸਰ ਜਗਰਾਓ ਨਾਨਕਸਰ ਭਗਤੀ ਦਾ ਘਰ ਉਹਦੇ ਬਿਲਕੁਲ ਸਾਹਮਣੇ ਪਿੰਡ ਆ ਕਲੀਰਾਂ ਪਿੰਡ, ਬਾਬਾ ਨੰਦ ਸਿੰਘ ਜੀ ਦਾ ਜੀਵਨ ਸਥਾਨ ਆ ਉੱਥੇ। ਤੇ ਉਸ ਨਗਰ ਤੋਂ ਇਹ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਆ, ਕਰਮਜੀਤ ਸਿੰਘ ਸੋਨੀ ਨੂੰ। ਅਮੀਰ ਤੇ ਆਸ ਲੈ ਕੇ ਇਸ ਮਾਂ ਨੂੰ ਇੱਥੇ ਭੇਜਿਆ। ਅੰਮ੍ਰਿਤਸਰ ਹੀ ਆ ਬੇਟਾ ਜੀ। ਅੱਛਾ, ਇਹ ਮੱਚ ਗਿਆ ਸੀਗਾ? ਏਦਾਂ ਸੀ, ਘਰ ਦੇ ਲੱਗੇ ਨਾਲਾ ਹੁੰਦਾ ਸੀ ਪਹਿਲੇ ਛੋਟੇ ਦਾ, ਨਾਲੇ ਹੀ ਡੇਪਿਆ, ਦੋ ਢਾਈ ਘੰਟੇ ਪਿਆ ਰਿਹਾ, ਇਹਨੂੰ ਉਥੋਂ ਕੱਢਿਆ, ਬਸ ਮਿੰਟ ਨੂੰ ਕਿਹਾ ਜੀ ਅੱਗ ਆਪਣੇ ਆਪ ਅੱਗ ਲਾ ਲਈ ਘਰ ਦੇ ਵਿੱਚ। ਇਹਨੂੰ ਜੇ ਇੱਥੇ ਦਾਖਲ ਕਰਨਾ ਪਿਆ, ਤੁਹਾਨੂੰ ਨਾਲ ਰਹਿਣਾ ਪਊਗਾ ਵਾਲਿਆਂ ਨੂੰ, ਹਨਾ? ਥੋੜਾ ਸ਼ਾਂਤ ਹੋ ਕੇ ਨਾਰਮਲ ਹੋ ਜੇ, ਦਾਖਲ ਕਰਨਾ ਪਿਆ ਤਾਂ ਕਰ ਲਾਂਗੇ। ਕੋਈ ਨਾ, ਕੋਈ ਕੋਈ ਹੈਲਪ ਵੀ ਦੀ ਲੋੜ ਵੀ ਆਪਾਂ ਬੈਠੇ ਆ। ਨਹੀਂ ਨਹੀਂ, ਕੋਈ ਹੈਲਪ ਨਹੀਂ ਗੀ, ਬਸ ਮੇਨ ਇਹੀ ਆ ਵੀ ਕੀ ਨਾਂ ਜੀ ਇਹਨਾਂ ਦਾ? ਬੜੇ ਪਰਲੇ ਮਿੰਤਾਂ ਨਾਲ ਲੈ ਕੇ ਆਈ ਆ ਵੀ ਚੱਕੋ ਦਾ ਮੁੰਡਾ ਲੈ ਕੇ ਜਾ। ਕੀ ਨਾਂ ਇਹਦਾ? ਨਵਜੋਤ। ਇਹਨੂੰ ਆਪਣੇ ਆਪ ਕੁਛ ਨਹੀਂ ਪਤਾ ਲੱਗਦਾ, ਚੀਜ਼ ਮੰਗ ਲੈਂਦਾ, ਚੀਜ਼ ਦੀ ਪਹਿਚਾਣ ਆਪਣੇ ਆਪ ਕੁਛ ਨਹੀਂ ਕਰਦਾ, ਵਿੱਚ ਹੀ ਸੁਸੂ ਵਗੈਰਾ ਕੁਛ ਕਰ ਦਿੰਦਾ। ਕੋਈ ਨਾ ਜੀ, ਆਪਾਂ ਨੂੰ ਨਵਜੋਤ ਸਿੰਘ ਨੂੰ ਇੱਥੇ ਥੋੜਾ ਕੁ ਟਾਈਮ ਐਡਮਿਟ ਕਰਦੇ ਆ, ਦੇਖਦੇ ਆ ਥੋੜੇ ਨੇ ਅਸੀਂ ਇੱਥੇ ਰੱਖ ਕੇ ਆਪਣੇ ਕੋਲੇ, ਵੀ ਜੇ ਨਾਲੇ ਮੰਮੀ ਰਹਿਣਾ ਪਊ, ਹਾਂ ਇੱਕ ਜਣੇ ਨੂੰ ਰਹਿਣਾ ਪਊ, ਮੰਮੀ ਨੂੰ ਜਾਂ ਪਾਪਾ ਨੂੰ, ਠੀਕ ਹੈ? ਇੱਥੇ ਰਹਿ ਕੇ ਤੁਸੀਂ ਨਾਲ ਸਾਡੀ ਸੇਵਾ ਕਰੋ, ਨਾਲੇ ਇਹਦਾ ਧਿਆਨ ਰੱਖਣਾ, ਨਾਲੇ ਕਿਸੇ ਹੋਰ ਨੂੰ ਰੋਟੀ ਪਾਣੀ ਵਰਤਾ ਦੇਣਾ, ਕੋਈ ਮਦਦ ਕਰਨੀ ਸਾਡੇ ਨਾਲ, ਠੀਕ ਹੈ ਜੀ? ਕੋਈ ਗੱਲ ਨੀ, ਵਾਹਿਗੁਰੂ ਮਿਹਰ ਕਰਨਗੇ। ਨਵਜੋਤ, ਨਵਜੋਤ ਕਿਵੇਂ ਆ? ਆ ਜੱਟਾਂ ਕਿਵੇਂ ਬਣੀਆਂ ਪਈਆਂ? ਚੀਜੀ ਖਾਣੀ? ਚੀਜੀ ਆ, ਚੀਜੀ ਦਿਓ ਬਈ। ਕੈਂਡੀਆਂ ਦੇ ਲਿਆ ਕੇ ਆਕੇ ਹੁਣ ਆੜੀ ਬਣੇਗਾ ਮੇਰਾ ਦੋਸਤ, ਬਿਸਕਿਟ ਖਾਣਾ? ਪਹਿਲਾਂ ਬਿਸਕਿਟ ਖਾ ਲਓ। ਅੱਸੀਆਂ ਦੇ ਪੁੱਤ ਸਿੰਮੀ, ਇੱਧਰ ਇਹ ਭੈਣ ਦਾ ਬੇਟਾ ਨਵਜੋਤ ਸਿੰਘ। ਇਸ ਤਰ੍ਹਾਂ ਬੱਚੇ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ, ਸਾਰੀਆਂ ਬਾਹਾਂ ਬੂਹਾਂ ਇੱਦਾਂ ਜੁੜੀਆਂ ਹੋਈਆਂ, ਇੱਦਾਂ ਤੇ ਆ ਧੌਣ ਵੀ ਸਾਰੀ ਇੱਦਾਂ ਜੁੜੀ ਹੋਈ ਆ, ਤੇ ਐਡਾ ਯਾਨੀ ਕਿ ਤਾਕਤਵਰ ਸਰੀਰ ਆ, ਗਠੀਲਾ ਸਰੀਰ ਆ। ਜੇ ਕਿਤੇ ਮਾੜੇ ਕਿਰਪਾ ਕਰਨ ਸੱਚੇ ਪਾਤਸ਼ਾਹ ਆਪਣੇ ਜੋਗਾ ਹੋ ਜਾਵੇ ਕਿਸੇ ਤਰੀਕੇ,
ਜਨ ਕੀ ਅਰਦਾਸ ਬਿਰਥੀ ਨਾ ਜਾਏ, ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਹੈ ਇਸ ਪਰਿਵਾਰ ਨੂੰ। ਇਸ ਭੈਣ ਦੇ ਘਰ ਦੇ ਵਿੱਚ ਇਹਦਾ ਪਤੀ ਹੈ ਜਿਹੜਾ, ਉਹ ਵੀ ਕੰਮ ਕਰਦਾ, ਭਾਂਡੇ ਮਾਂਜ ਕੇ ਰੋਟੀ ਆਪਣੇ ਬੱਚਿਆਂ ਨੂੰ ਖਵਾ ਰਿਹਾ, ਤੇ ਭੈਣ ਸਾਰਾ ਦਿਨ ਇਹਦੇ ਅੱਗੇ ਪਿੱਛੇ ਤੁਰੀ ਫਿਰਦੀ ਹੈ। ਕੋਈ ਕਾਰਖਾਨੇ ਨੀ, ਕੋਈ ਕਾਰਾਂ ਨੀ, ਕੋਈ ਕੋਠੀਆਂ ਨੀ, ਬਸ ਇੱਕ ਸਿੰਪਲ ਪਰਿਵਾਰ ਆ ਕਿਰਤ ਕਰਨ ਵਾਲਾ। ਇੱਧਰ ਬਾਊ ਜੀ ਦੀ ਬੇਟੀ ਆ, ਇਹਨਾਂ ਨੇ ਆਪਣੀ ਬੇਟੀ ਨੂੰ ਆਪਦੇ ਵੱਲੋਂ ਉਹ ਸਾਰੀਆਂ ਸੁਵਿਧਾਵਾਂ ਸਭ ਕੁਛ ਮੁਹੱਈਆ ਕਰਾ ਰਹੇ ਨੇ। ਮਹਾਰਾਜ ਦੀ ਕਿਰਪਾ, ਰੱਬ ਵਾਂਗ ਧੀ ਨੂੰ ਆਪਣੀ ਨੂੰ ਸਾਂਭਦੇ ਨੇ, ਉਹਦੀ ਸੇਵਾ ਕਰਦੇ ਨੇ। ਇਸ ਪਾਸੇ ਐਸੇ ਕੁਛ ਹਾਲਾਤ ਬਣੇ ਆ, ਚਾਹ ਕੇ ਵੀ ਪਰਿਵਾਰ ਕੁਛ ਕਰ ਨਹੀਂ ਪਾ ਰਿਹਾ। ਤੇ ਜਿਵੇਂ ਜਿਵੇਂ ਪਰਿਵਾਰ ਦੇ ਮੈਂਬਰ ਦੋਨੋਂ ਮਾਂ ਪਿਓ ਬਜ਼ੁਰਗ ਹੋਈ ਜਾਂਦੇ ਆ, ਇਹ ਹੋਰ ਤਕੜਾ ਤੇ ਤਾਕਤਵਰ ਹੋ ਰਿਹਾ। ਇਹ ਜਿਹੜਾ ਪਾੜਾ ਵੱਧਦਾ ਜਾ ਰਿਹਾ, ਇਹਦੇ ਕਾਰਨ ਕਈ ਪਰਿਵਾਰਾਂ ਚ ਆਪਾਂ ਦੇਖਦੇ ਆ ਕਿ ਸਮੱਸਿਆ ਇੰਨੀ ਜ਼ਿਆਦਾ ਵੱਧ ਜਾਂਦੀ ਆ, ਫਿਰ ਮਾਂ ਪਿਓ ਵੀ ਕੁਛ ਕਰਨ ਜੋਗੇ ਨਹੀਂ ਰਹਿੰਦੇ। ਇਸ ਕਰਕੇ ਬੇਨਤੀ ਅਰਦਾਸ ਕਰਿਓ ਨਵਜੋਤ ਵਾਸਤੇ, ਇਹਨੂੰ ਅਸੀਂ ਇੱਥੇ ਐਡਮਿਟ ਕਰਨ ਲੱਗੇ ਆ। ਇਹ ਵੀਰਾ ਇੱਥੇ ਰਹਿ ਕੇ ਠੀਕ ਹੋ ਜਾਏ, ਆਪਣੇ ਜੋਗਾ ਹੋ ਜਾਵੇ, ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਬਾਈ ਜੀ ਆਏ ਸੀ, ਕੀ ਕਹਿੰਦੇ ਸੀ? ਉਹ ਕੀ ਕਹਿੰਦੇ ਸੀ? ਹਾਂਜੀ ਹਾਂਜੀ, ਦੱਸ ਦੇ ਕੁੜੀ, ਪਹਿਲੇ ਦੱਸਿਓ ਇਹਨਾਂ ਨੂੰ ਕੀ ਕੰਮ। ਹਾਂ ਵੀਰੇ, ਸਤਿ ਸ੍ਰੀ ਅਕਾਲ, ਕਿਵੇਂ ਆ? ਤੈਨੂੰ ਬੰਨੀ ਫਿਰਦੇ ਆ, ਕਿੱਥੋਂ ਆਏ ਮਾਂ ਤੁਸੀਂ? ਜਿਹੜਾ ਉਹੀ ਮਾਤਾ ਜੀ ਉੱਥੋਂ ਲਿਆਏ ਜਿਹੜਾ ਤੁਸੀਂ ਐਂ ਲੈ ਕੇ ਬੰਨ ਕੇ ਬੰਨ ਕੇ ਲਿਆਏ ਹੋ? ਹੋਰ ਨਾਲ ਕੌਣ ਆਇਆ? ਕਿੰਨੇ ਕ ਟਾਈਮ ਤੋਂ ਏਦਾਂ ਬੰਨਿਆ ਹੋਇਆ ਇਹਨੂੰ? ਏਦਾਂ ਹੋਏ ਨੂੰ ਕਿੰਨਾ ਟਾਈਮ ਹੋ ਗਿਆ? ਦਿਮਾਗੀ ਸੈਕਟਾਂ ਪੀਂਦਾ, ਸੈਕਟਾਂ ਭੰਗ ਵਾਲੀਆਂ? ਨਹੀਂ ਨਹੀਂ, ਉਹ ਨੀ ਪੀਂਦਾ, ਉਹ ਫੋਕੀ ਬੀੜੀ ਪੀਂਦਾ ਹੈਗਾ, ਕੱਲੀ ਬੀੜੀ ਜੀ ਜਿਹੜੀ ਹੁੰਦੀ ਨਾ ਉਹ। ਤੈਨੂੰ ਕਿਉਂ ਪਤਾ ਫੋਕੀ ਹੁੰਦੀ ਹੈ ਬੀੜੀ? ਨਹੀਂ ਅਸੀਂ ਬਾਹਰ ਅੰਦਰ ਪੀਂਦਾ ਹੋਊ, ਕਿਉਂਕਿ ਮਾਂ ਇਲਾਜ ਉਹਦਾ ਤਾਂ ਹੀ ਹੋਣਾ ਜੇ ਪਤਾ ਲੱਗੂਗਾ ਸਾਨੂੰ। ਐ ਲੱਗਦਾ ਭੰਗ ਨਾਲ ਨਾ ਹੋਇਆ ਹੋਵੇ। ਐ ਅੱਛਾ ਮਾਂ, ਇਹਦਾ ਵਿਆਹ ਹੋਇਆ ਹੈ? ਤਲਾਕ ਹੋ ਗਿਆ। ਕਿਹੜਾ ਪਿੰਡ ਆ ਤੁਹਾਡਾ? ਅਮਰਗੜ੍ਹ ਕਲੇਰਾ, ਨਾਨਕ ਸਰ ਕੋਲੇ ਜਿਹੜਾ ਨਾਨਕ ਸਰ ਕਲੇਰਾ ਸਰਜੀਤ ਸਰਪੰਚ ਆ ਜਿਹੜਾ ਉੱਥੇ ਸਾਬਕਾ ਸਰਪੰਚ ਸਰਜੀਤ ਸਿੰਘ, ਉਹ ਮਾਮਾ ਜੀ ਆ ਮੇਰੇ। ਅੱਛਾ, ਬਸ ਸਕੇ ਹੀ ਆ ਕਹਿ ਸਕਦੇ ਆ। ਮਹਾਰਾਜ ਨੇ ਕਰਨਾ ਸੀ, ਕੌਣ ਠੀਕ ਕਰਨਾ? ਵੀਰੇ ਤੇਰਾ ਨਾਂ ਕੀ ਆ? ਤੇਰਾ ਨਾਂ ਕੀ ਆ ਵੀਰੇ? ਕੀ ਨਾਂ ਤੇਰਾ? ਦਵਾਈ ਚੱਲਦੀ ਹੈ ਕਿਤੋਂ? ਖਵਾਈ ਹੋਈ ਦਵਾਈ ਕੋਈ? ਬੰਨਿਆ ਤਾਂ ਮਾਰਦਾ ਹੈ, ਮਾਰਦਾ ਵਾ ਇਹ?
ਇਹਦਾ ਪੂਰਾ ਨਾਂ ਕੀ ਆ? ਕੀ ਨਾਂ? ਕਰਮਜੀਤ ਸਿੰਘ ਸੋਨੀ। ਕੀ ਕੰਮ ਕਰਦਾ ਸੀ ਇਹ? ਦਾਣਾ ਫੈਕਟਰੀ ਚ ਕੰਮ ਕਰਦਾ। ਦੇਖੋ, ਮਾਂ ਆਪਣੇ ਪੁੱਤ ਨੂੰ ਕਿਵੇਂ ਬੰਨ ਕੇ ਲੈ ਕੇ ਆਈ ਹੈ ਇੱਥੇ। ਮੰਜੇ ਦੇ ਨਾਲ ਪੁੱਤ ਬੰਨਿਆ ਹੋਇਆ ਵਾ, ਲੱਤਾਂ ਬਾਹਾਂ ਰੱਸੀਆਂ ਪਾ ਪਾ ਕੇ, ਦੁਪੱਟੇ ਬੰਨ ਬੰਨ ਕੇ ਅਮਰਗੜ੍ਹ ਕਲੀਰਾਂ ਨਾਨਕਸਰ ਜਗਰਾਓ, ਨਾਨਕਸਰ ਭਗਤੀ ਦਾ ਘਰ, ਉਹਦੇ ਬਿਲਕੁਲ ਸਾਹਮਣੇ ਪਿੰਡ ਆ ਕਲੀਰਾਂ ਪਿੰਡ, ਬਾਬਾ ਆਨੰਦ ਸਿੰਘ ਜੀ ਦਾ ਜੀਵਨ ਸਥਾਨ ਆ ਉੱਥੇ। ਤੇ ਉਸ ਦਗਰ ਤੋਂ ਇਹ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਆ, ਕਰਮਜੀਤ ਸਿੰਘ ਸੋਨੀ ਨੂੰ। ਅਮੀਰ ਤੇ ਆਸ ਲੈ ਕੇ ਇਸ ਮਾਂ ਨੂੰ ਇੱਥੇ ਭੇਜਿਆ। ਵਾਹਿਗੁਰੂ ਕਿਰਪਾ ਕਰਨ, ਸੱਚੇ ਪਾਤਸ਼ਾਹ ਅਰਦਾਸ ਕਰਿਓ ਇਸ ਮਾਂ ਦੀਆਂ ਉਮੀਦਾਂ ਤੇ ਆਸਾਂ ਬਰਕਰਾਰ ਹੋਣ, ਇਹਦਾ ਪੁੱਤ ਠੀਕ ਹੋ ਕੇ ਦੁਬਾਰਾ ਫੇਰ ਮੰਡੀਆਂ ਦੇ ਵਿੱਚ ਆਪਦਾ ਕੰਮ ਕਰੇ, ਜਿੱਥੇ ਵੀ ਇਹ ਕੰਮ ਕਰਦਾ ਦੀ ਫੈਕਟਰੀਆਂ ਚ, ਸੋਰੀ ਇਹਦਾ ਫੀਡ ਫੈਕਟਰੀਆਂ ਚ, ਇਹ ਆਪਣੀ ਚੰਗੀ ਜ਼ਿੰਦਗੀ ਬਤੀਤ ਕਰੇ। ਤੁਹਾਡੀਆਂ ਦੁਆਵਾਂ ਦੀ, ਤੁਹਾਡੀਆਂ ਅਰਦਾਸਾਂ ਦੀ, ਤੁਹਾਡੀਆਂ ਅਸੀਸਾਂ ਦੀ ਲੋੜ। ਪਿਓ ਮੰਜੇ ਤੇ ਪਿਆ, ਕੋਈ ਨਾ ਮਾਂ, ਰੋ ਨਾ ਤੂੰ, ਰੋ ਨਾ, ਫਿਕਰ ਨਾ ਕਰ। ਆਪਾਂ ਇਹਨੂੰ ਵਾਹਿਗੁਰੂ ਕਿਰਪਾ ਕਰਨ, ਤੰਦਰੁਸਤ ਕਰਨ, ਇੱਥੇ ਦਾਖਲ ਕਰ ਲਾਂਗੇ, ਠੀਕ ਹੋ ਜੂਗਾ ਕੋਈ। ਠੀਕ ਹੈ, ਤੈਨੂੰ ਨਾਲ ਰਹਿਣਾ ਪੂਰ ਹੈ ਪੈਗੀ ਨਾ? ਕੋਈ ਦੇਖਦੇ ਆ ਮਾਂ, 10-15 ਦਿਨ ਜਿਹੜੇ ਦਿਨ ਵੀ ਹੈ ਨਾ ਲੋੜ ਪਊਗੀ। ਬਾਹਲੀ ਸੌਖੀ ਸੀ ਬਿਜਲੀ, ਮੈਂ ਕਦੇ ਇਹਨੂੰ ਪੰਜੀ ਨੀ ਸੀ, ਕਦੇ ਵੀ ਰੱਖੀ ਤਨਖਾਹ ਪੂਰੀ ਸਾਡੇ ਹੱਥ ਤੇ ਆ ਕੇ ਕਮਾਈ। ਹੁਣ ਜਿਹੜੀ ਅਸੀਂ ਉਹਦੇ ਤੇ 10-7 ਦਿਨਾਂ ਕੋਈ ਨੀ, ਹੋ ਜਾਣਾ ਠੀਕ, ਹੋ ਜਾਣਾ, ਫਿਕਰ ਨਾ ਕਰ। ਠੀਕ ਆ, ਵਿੱਕੀ ਚੈੱਕਅਪ ਕਰਾ ਲਿਆ ਕਿਸੇ ਤੋਂ। ਤੇ ਅੱਜ ਦੇ